ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ, ਪੰਜਾਬ ਪੇਜ, ਇਹ ਹੈ ਮੇਰਾ ਪਾਕਿਸਤਾਨ, ਸ਼ਬਰੀ ਸਿੰਘ ਔਰ ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ, ਤਮਾਮ ਪੇਜਿਸ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ, ਮੈਂ ਇੱਕ ਵਾਰੀ ਲੈ ਕੇ ਆਇਆ ਫਿਰ ਖੋਰੇ ਸੱਚ 47 ਦੇ ਐਬਿਟਡ ਟਰੁੱਥਸ ਆਫ ਦੇ 1947 ਦੇ ਨਾਲ। ਮੈਂ ਗ੍ਰੈਂਡ ਫੋਰ ਫਾਦਰਸ ਜਿਹੜੇ ਨੇ ਅਜੇ ਸਿੰਘ ਪਟਵਾਰੀ ਦੇ, ਮੈਂ ਉਹਨਾਂ ਦੇ ਮੁਤਲਕ ਤੁਹਾਨੂੰ ਮੈਂ ਅੱਜ ਕੁਛ ਥੋੜ੍ਹੀ ਜਿਹੀ ਜਾਣਕਾਰੀ ਦੇ ਰਿਹਾ, ਔਰ ਉਸ ਤੋਂ ਬਾਅਦ ਮੈਂ ਆਇਆ ਵਾਂ ਚੱਕ 565 ਕਲੰਦਰਾਂ ਵਾਲਾ, ਇੱਕ ਇਤਿਹਾਸਿਕ ਪਿੰਡ ਹੈ ਸਿੱਖ ਦੌਰ ਦਾ, ਬਹੁਤ ਘਰ ਇੱਥੋਂ ਉਜੜ ਕੇ ਅਤੇ ਮਸ਼ਰਕੀ ਪੰਜਾਬ 'ਚ ਚਲੇ ਗਏ, ਈਸਟ ਪੰਜਾਬ 'ਚ ਚਲੇ ਗਏ, ਅਤੇ ਵੈਸਟ ਪੰਜਾਬ ਦੇ ਵਿੱਚ ਮੈਂ ਇਸ ਵੇਲੇ ਜਿਹੜੀ ਖੋਜ ਲਾਉਣ ਲਈ ਨਿਕਲਿਆ ਸੀ, ਮੈਂ ਉਹ ਸਰਦਾਰ ਮਹਿੰਦਰ ਸਿੰਘ, ਸਰਦਾਰ ਮਹਿੰਦਰ ਸਿੰਘ ਜਿਹੜੇ ਨੇ ਉਹ ਸਨ ਅੱਗੋਂ ਕੇਸਰ ਸਿੰਘ ਦੇ, ਔਰ ਕੇਸਰ ਸਿੰਘ ਦੇ ਫਾਦਰ ਦਾ ਨਾਮ ਸੀ ਜਿਹੜਾ ਸੀ ਸਰਦਾਰ ਜਵਾਲਾ ਸਿੰਘ ਸੀ, ਅਤੇ ਇਹਨਾਂ ਦਾ ਕੋਈ ਜਿਹੜੇ ਗ੍ਰੈਂਡਸਨ ਨੇ, ਗ੍ਰੈਂਡਸਨ ਜਿਹੜੇ ਨੇ ਉਹਨਾਂ ਦਾ ਨਾਮ ਹੈ ਅਜੇ ਸਿੰਘ ਪਟਵਾਰੀ, ਪੂਰਾ ਨਾਮ ਤਾਂ ਬਸ ਅਜੇ ਪਾਲ ਸਿੰਘ ਪਟਵਾਰੀ ਹੈ, ਲੇਕਿਨ ਅਸੀਂ ਅਜੇ ਸਿੰਘ ਪਟਵਾਰੀ ਹੀ ਇਹਨਾਂ ਨੂੰ ਕਹਿੰਦੇ ਹਾਂ। ਇਹ ਸ਼ਿਫਟ ਹੋ ਗਏ ਸਨ 1947 ਦੇ ਵਿੱਚ, ਇੱਥੋਂ ਚਲੇ ਗਏ ਸੀ ਅੰਮ੍ਰਿਤਸਰ ਦੇ ਵਿੱਚ, ਅੰਮ੍ਰਿਤਸਰ ਤੋਂ ਇਹਨਾਂ ਦਾ ਹੁਣ ਗ੍ਰੈਂਡਸਨ ਜਿਹੜੇ ਆਸਟ੍ਰੇਲੀਆ 'ਚ ਗਏ, ਮੈਲਬਨ ਸਿਟੀ ਦੇ ਵਿੱਚ ਹੁੰਦੇ ਨੇ, ਉਹਨਾਂ ਨੇ ਮੈਨੂੰ ਜੁਆਇਨ ਕੀਤਾ ਗਰੁੱਪ ਪਿਆਰਾ ਨਨਕਾਣਾ ਦੇ ਵਿੱਚ, ਔਰ ਉਹਨਾਂ ਨੇ ਮੇਰੇ ਕੋਲੋਂ ਇੱਕ ਫਰਮਾਇਸ਼ ਕੀਤੀ ਹੈ ਕਿ ਮੈਂ ਆਪਣੇ ਸੈਕਟਰ ਵਿਲੇਜ ਦੇਖਣਾ ਚਾਹੁੰਦਾ ਵਾਂ, ਫੋਰ ਫਾਦਰਸ ਦਾ ਵਿਲੇਜ ਦੇਖਣਾ ਚਾਹੁੰਦਾ ਵਾਂ, ਅਤੇ ਮੈਂ ਅੱਜ ਬਾਬੇ ਫੱਲੇ ਦੇ ਪੋਤੇ ਦੇ ਨਾਲ ਮੈਂ ਬੈਠਾ ਹੋਇਆ ਵਾਂ। ਇਹ ਨੇ ਬਾਬੇ ਫੱਲੇ ਜੀ ਦੇ ਗ੍ਰੈਂਡਸਨ ਨੇ, ਇਹ ਜਿਹੜੀ ਹੈ ਤੁਹਾਡੀ ਪੂਰੀ ਫੈਮਿਲੀ ਹੈ, ਉਹਦੇ ਮੁਤਲਕ ਜਿਹੜੀ ਹੈ ਡਿਟੇਲ ਦੱਸਣਗੇ, ਮੈਂ ਇਹਨਾਂ ਕੋਲ ਪੁੱਛਦਾ ਵਾਂ, ਔਰ ਨਾਲ ਨਾਲ ਇਹ ਦੱਸਣਗੇ। ਬਾਬਾ ਫੱਲਾ ਜੀ ਇਹਨਾਂ ਦੇ ਦਾਦਾ ਜੀ ਦਾ ਨਾਮ ਸੀ, ਜਿਹੜੇ ਕਿ ਤੁਹਾਡੇ ਪਿੰਡ ਦੇ ਜਿਹੜਾ ਹਾਤਾ ਸੀ, ਤੁਹਾਡੀ ਜ਼ਮੀਨ ਸੀ, ਉਸ ਹਾਤੇ ਦੇ ਵਿੱਚ ਵੀ ਤੁਹਾਡੇ ਗਵਾਂਢੀ ਸਨ, ਔਰ ਇਹਨਾਂ ਦਾ ਨਾਮ ਹੈ ਹਾਜੀ ਨਜ਼ੀਰ ਹੁਸੈਨ, ਜ਼ਮੀਨ ਦੇ ਵਿੱਚ ਵੀ ਨਾਲ ਸਨ ਗਵਾਂਢੀ। ਅੱਛਾ ਜੀ, ਤੁਸੀਂ ਹੁਣ ਉਹਨਾਂ ਨੂੰ ਜ਼ਰਾ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ ਜੀ, ਤੁਸੀਂ ਦੱਸ ਰਹੇ ਸੀ ਕਿ ਵੀ ਤੁਸੀਂ ਜਿਹੜਾ ਉਹਨਾਂ ਦੇ ਨਾਲ ਜਿਹੜੇ ਸੀ ਅੱਗੇ ਸਰਦਾਰ ਮਹਿੰਦਰ ਜਿਹੜਾ ਸੀ ਤੁਹਾਡੇ ਨਾਲ ਖੇਡਦਾ ਹੁੰਦਾ ਸੀ, ਉਹ ਬੱਚਾ ਸਾਡਾ ਸੀ, ਬੱਚੇ ਹੀ ਸਾਂ ਉਹ ਵੀ, ਅਤੇ ਅਸੀਂ ਵੀ ਬੱਚੇ ਹੀ ਸਾਂ, ਇੱਕ ਇੱਕ ਮਹਿੰਦਰ ਸਿੰਘ ਸੀ, ਇੱਕ ਉਹਦਾ ਛੋਟਾ ਭਾਈ ਹੋਰ ਪਾਰੀ ਕਰਕੇ ਉਹਨੂੰ ਆਉਂਦੇ ਬਲਕਾਰੀ ਕ ਪਾਰੀ ਕਰ, ਇਹ ਕੇਸਰ ਸਿੰਘ ਦੇ ਦੋ ਮੁੰਡੇ ਸਨ, ਉਹਨਾਂ ਦੀ ਅਮਸ਼ੀਰਾ ਵੀ ਆਇਆ ਸੀ ਮਹਿੰਦਰ ਬੀਬੀ। ਅੱਛਾ, ਮਾਂ ਦਾ ਮੈਨੂੰ ਨਾਂ ਨਹੀਂ ਯਾਦ ਇਹਦਾ, ਰਿਆ ਵਕਤ ਬਾਕੀ, ਅਸੀਂ ਬੱਚੇ ਦਾ ਉਦੋਂ, ਉਹ ਵੀ ਬੱਚਾ ਹੀ ਸੀ, ਤੀਸਰੀ ਚੌਥੀ ਚ ਉਦੋਂ ਪੜ੍ਹਦਾ ਸੀ ਉਹ, ਅਸੀਂ ਪਹਿਲੀ ਦੂਸਰੀ 'ਚ ਪੜ੍ਹਦੇ ਸਾਂ। ਅਤੇ ਕੋਈ ਤੁਸੀਂ ਆਪਣੇ ਬਚਪਨ ਦੀ ਕੋਈ ਯਾਦ ਸਾਨੂੰ ਜਿਹੜੀ ਹੈ ਉਹ ਦੱਸੋ, ਜਿਹੜੀ ਕਿ ਤੁਹਾਨੂੰ ਇਕੱਠੇ ਬਚਪਨ ਦੇ ਵਿੱਚ ਜਦੋਂ ਤੁਸੀਂ ਖੇਡਦੇ ਸੀ? ਗੁਆਂਢੀ ਤਾਂ ਅਸੀਂ ਖੇਡਦੇ, ਕੋਠਿਆਂ 'ਤੇ ਵੀ ਖੇਡਦੇ ਰਹੇ ਹਾਂ, ਉਦੋਂ ਕੋਠਿਆਂ 'ਤੇ ਵੀ ਖੇਡਦੇ ਰਹੇ ਹਾਂ, ਬੱਚੇ ਜੇ ਸਾਂ, ਜਦੋਂ ਗਰਮੀਆਂ ਆਉਣੀਆਂ, ਅੱਜ ਕੱਲ੍ਹ ਦੀਆਂ ਮੰਜੀਆਂ ਉੱਤੇ ਕੋਠਿਆਂ 'ਤੇ ਡਾਹਣੀਆਂ, ਸੌਣਾ ਵੀ ਕੋਠਿਆਂ 'ਤੇ, ਨਹਿਰ 'ਤੇ ਜਾ ਕੇ ਨਹਾਉਣਾ, ਅਤੇ ਨਹਿਰ 'ਤੇ ਜਾ ਕੇ ਨਹਾਉਣਾ, ਉਹਨਾਂ ਦੇ ਜ਼ਮੀਨ 'ਚ, ਉਹਨਾਂ ਦੀ 'ਚ ਨਾਲ ਗੁਆਂਢੀ ਸਨ, ਉਹਨਾਂ ਦੀ ਗੁਆਂਢੀ 'ਚ ਜ਼ਮੀਨ ਦੇ ਵਿੱਚ ਜਾਮ ਨੂੰ ਵੀ ਬੜੇ ਸਨ, ਉਹ ਅਸੀਂ ਜਾਮ ਨੂੰ ਖਾਂਦੇ ਰਹੇ ਹਾਂ। ਬਿਲਕੁਲ, ਕਹਿੰਦੇ ਨੇ ਸੀ ਸਾਡੇ ਮੁਰੱਬੇ ਦਾ ਨਾਮ ਸੀ ਜੰਮੂ ਵਾਲਾ ਮੁਰੱਬਾ, ਜੰਮੂ ਵਾਲਾ ਮੁਰੱਬਾ, ਲਓ ਜੀ ਜੰਮੂ ਵਾਲਾ ਮੁਰੱਬਾ ਜਿਹੜਾ ਉੱਥੋਂ ਜਾਮਨ ਵੀ ਖਾਂਦੇ ਰਹੇ ਨੇ ਬਾਬਾ ਜੀ ਨਾਲ, ਉੱਥੇ ਰਲ ਕੇ ਖਾਂਦੇ ਰਹੇ ਹਾਂ, ਰਲ ਕੇ ਗੁਆਂਢੀ ਸਾਂ, ਕਮਾਦ ਪੀਣੇ ਅਤੇ ਤਰੋਆਂ ਵੀ ਪੀਣੀਆਂ, ਗੁੜ ਵੀ ਇਕੱਠੇ ਖਾਣੇ, ਇਕੱਠੇ ਰਹਿੰਦੇ ਹੁੰਦੇ ਸਨ, ਵਾਹ ਵਾਹ ਤਲਕ ਸਨ ਉਦੋਂ। ਅਤੇ ਬਾਬਾ ਜੀ ਕੀ ਕੋਈ ਆਪਣੀ ਬਚਪਨ ਦੀ ਕੋਈ ਯਾਦ ਆਉਂਦੀ ਹੈ ਤੁਹਾਨੂੰ, ਆਪਣੇ ਯਾਰ ਦੋਸਤ ਯਾਦ ਆਉਂਦੇ ਨੇ? ਯਾਰ ਤਾਂ ਯਾਰ ਤੂੰ ਤੁਸੀਂ ਨਾਲ ਲਿਆ ਅਤੇ ਯਾਦ ਆ ਗਿਆ, ਯਾਰ ਦੋਸਤ ਹੈ ਸੀ ਅਤੇ ਨਾਲ ਲਿਆ ਕਿ ਬਚਪਨ ਦੇ ਵਿੱਚ, ਹੁਣ ਬੱਚੇ ਆ, ਐਡੇ ਐਡੇ ਬੱਚੇ ਆ, ਕਈ ਕੋਈ ਗੱਲਾਂ ਯਾਦ ਰਹਿੰਦੀਆਂ ਨੇ, ਕੋਈ ਨਹੀਂ ਰਹਿੰਦੀ। ਬੱਚੇ ਇੰਨੇ ਇੰਨੇ ਬੱਚੇ ਸਨ ਜਦੋਂ ਇੱਥੋਂ ਚਲੇ ਗਏ, ਵੰਡ ਪੈ ਗਈ, ਪਾੜੇ ਪੈ ਗਏ, ਪੰਜਾਬ ਦੋ ਟੁੱਟੇ ਹੋ ਗਿਆ, ਔਰ ਇਹੀ ਖੋਰੇ ਸੱਚ 47 ਦੇ ਨੇ ਕਿ ਜਿਹਨੂੰ ਲੈ ਕੇ ਮੈਂ ਇੱਥੇ ਤੱਕ ਪਹੁੰਚਿਆ ਵਾਂ ਕਿ ਬਿਟਰ ਟਰੁੱਥਸ ਆਫ ਦਾ 1947 ਵਿੱਚ ਤੁਸੀਂ ਦੇਖੋ ਕਿ ਅੱਜ ਵੀ ਮੈਂ ਇਹਨਾਂ ਦੇ ਸਾਹਮਣੇ ਸਰਦਾਰ ਮਹਿੰਦਰ ਸਿੰਘ ਸਾਹਿਬ ਦਾ ਨਾਮ ਲਿਆ ਅਤੇ ਉਹਨਾਂ ਨੇ ਕਿਹਾ ਜੀ ਮੈਂ ਬਚਪਨ 'ਚ ਉਹਨਾਂ ਦੇ ਨਾਲ ਖੇਡਦਾ ਰਿਹਾ। ਕਹਿੰਦੇ ਨੇ ਕਿ ਲੰਗੋਟੀਆ ਯਾਰ ਇਨਸਾਨ ਨੂੰ ਕਦੇ ਵੀ ਨਹੀਂ ਭੁੱਲਦੇ, ਨਹੀਂ ਭੁੱਲਦੇ, ਅਤੇ ਹਾਜੀ ਸਾਹਿਬ ਨੂੰ ਆਪਣੇ ਯਾਰ ਦਾ ਨਾਮ ਬੜੀ ਵਾਰੀ ਯਾਦ ਆਉਂਦੇ, ਸਾਡੇ ਹਮਸਾਏ ਸਨ, ਗੁਆਂਢੀ ਸਨ, ਚੰਗੇ ਲੋਕ ਸਨ, ਚੰਗਾ ਵਕਤ ਗੁਜ਼ਰੇ ਉਹਨਾਂ ਨਾਲ,
ਚੰਗਾ ਵਕਤ ਗੁਜ਼ਰਿਆ। ਤੇ ਜੇ ਤੁਹਾਨੂੰ ਹੁਣ ਹਾਜੀ ਮਹਿੰਦਰ ਸਿੰਘ ਸਾਹਿਬ ਨਾਲ ਜਦੋਂ ਤੁਹਾਡੀ ਜੇ ਗੱਲ ਹੋ ਜਾਵੇ ਤੇ ਤੁਸੀਂ ਖੁਸ਼ ਹੋ ਜਾਓਗੇ? ਨਹੀਂ, ਅਸੀਂ ਤੇ ਜੀ ਬੜੇ ਖੁਸ਼ ਹੋਵਾਂਗੇ। ਉਹਨਾਂ ਦੀ ਮਾਂ ਵੀ ਜਿਹੜੀ ਸਾਡੀ ਮਾਵਾਂ ਦੇ ਵਿੱਚ ਇਕੱਠੇ ਬਹਿ ਕੇ ਚੱਖੇ ਕਰਦੀਆਂ ਹੁੰਦੀਆਂ ਸਨ, ਅਤੇ ਬੈਠਣਾ ਉੱਠਣਾ ਕੋਠਿਆਂ 'ਤੇ ਰਾਤ ਨੂੰ ਬੈਠਣਾ, ਇਕੱਠਿਆਂ ਰਹਿਣਾ, ਗੱਲਾਂ ਕਰਨੀਆਂ ਆਪੋ ਆਪਣੇ ਵਡੇਰਿਆਂ ਨੇ, ਅਸਾਂ ਵੀ ਕੋਲ ਕਦੇ ਬਹਿ ਜਾਣਾ, ਕਦੇ ਖੇਡਦੇ ਰਹਿਣਾ। ਬੜੀ ਗੱਲ ਹੈ ਜੀ, ਇਹ ਗੱਲ ਹੋ ਰਹੀ ਹੈ ਗ੍ਰੇਟਰ ਪੰਜਾਬ ਦੀ, ਇਕੱਠੇ ਪੰਜਾਬ ਦੀ, ਸਾਂਝੇ ਪੰਜਾਬ ਦੀ, ਵੱਡੇ ਪੰਜਾਬ ਦੀ, ਜਦੋਂ ਕਿ ਪੰਜਾਬ ਸਾਰਾ ਇਕੱਠਾ ਹੁੰਦਾ ਸੀ, ਸਾਰੇ ਲੋਕ ਰਲ ਕੇ ਬਹਿੰਦੇ ਸਨ, ਕਿਸੇ ਨਾਲ ਕਿਸੇ ਦੀ ਕੋਈ ਐਸੀ ਗੱਲ ਨਹੀਂ ਸੀ, ਕੁਛ ਭਰਾਵਾਂ ਤਰ੍ਹਾਂ ਸੀ। ਉਹਨਾਂ ਨੇ ਕਿਹਾ ਜੀ ਮਾਈਆਂ ਭੈਣਾਂ ਬੀਬੀਆਂ ਸਾਰੀਆਂ ਇਕੱਠੇ ਬਹਿ ਕੇ ਚਰਖੇ ਕੱਤਦੀਆਂ ਸੀ, ਅਸੀਂ ਇੱਕ ਹੀ ਨਹਿਰ ਦੇ ਸੂਏ ਦੇ ਉੱਤੇ ਸਾਰੇ ਨਹਾਉਂਦੇ ਸਾਂ, ਔਰ ਜੰਮੂਆਂ ਵਾਲੇ ਮੁਰੱਬੇ 'ਤੇ ਜਾ ਕੇ ਅਸੀਂ ਜੰਮੂ ਵੀ ਖਾਂਦੇ ਸਾਂ। ਅਜੇ ਸਿੰਘ ਪਟਵਾਰੀ ਜੀ, ਦੇਖ ਲਓ ਤੁਸੀਂ ਜੰਮੂ ਵਾਲੇ ਮੁਰੱਬੇ ਦੀ ਗੱਲ ਕੀਤੀ ਸੀ, ਅਤੇ ਉਹਨਾਂ ਨੇ ਜੰਮੂ ਵਾਲੇ ਮੁਰੱਬੇ ਦੀ ਗੱਲ ਉਹਨਾਂ ਸੁਣਾ ਦਿੱਤੀ ਕਿ ਅਸੀਂ ਬੜੇ ਜਾਮਨ ਖਾਧੇ ਨੇ ਰਲ ਕੇ, ਸਾਡੇ ਮਗਰ ਚੜ੍ਹਦੇ ਹੁੰਦੇ ਜਾਮਨ ਹੁੰਦੇ ਸਨ, ਜਾਮਨ ਲੱਭਦੇ ਹੀ ਨਹੀਂ। ਅੱਛਾ, ਉਹੋ ਜਿਹੇ ਜਾਮਨ ਨਹੀਂ ਹੁਣ ਮਿਲਦੇ? ਹਾਂ, ਨਹੀਂ ਮਿਲਣੇ। ਅਤੇ ਕੋਈ ਤੁਸੀਂ ਆਪਣੇ ਪਿੰਡ ਦਾ ਕੋਈ ਯਾਦਗਾਰ ਵਾਕਿਆ, ਕੋਈ ਬੜੇ ਬੂਟੇ ਸਾਨੂੰ ਦੇ ਯਾਦਗਾਰ ਵਾਕਿਆ ਸੁਣਾਓ। ਇੱਕ ਧਰਮਸ਼ਾਲਾ ਸੀ ਤੁਹਾਡੇ ਇੱਥੇ, ਆਹ ਮੇਨ ਵੱਡੇ ਬਾਜ਼ਾਰ ਦੇ ਵਿੱਚ ਧਰਮਸ਼ਾਲਾ ਸੀ, ਜਦੋਂ ਦਾ ਕੋਈ ਦਿਨ ਹੁੰਦਾ ਸੀ ਨਾ, ਇਹਨਾਂ ਬੱਚਿਆਂ ਨੂੰ ਸ਼ੋਲ ਛੋਟੇ ਦਾ ਸਹੀ, ਇਹਨਾਂ ਨੇ ਨਾ ਉਹ ਸੂੜੇ ਦੇ ਪੱਤਰ ਲੈਣੇ, ਉੱਥੇ ਹਲਵਾ ਅਤੇ ਪੂੜੀ ਪਕਾਉਣੇ ਪਕੂਣੇ ਦੇ, ਉਹ ਇਹਨਾਂ ਵੰਡਣੇ, ਅਸਾਂ ਵੀ ਜਾ ਕੇ ਖਾ ਲ ਫੜ ਕੇ ਅਤੇ ਖਾ ਲਓ। ਇਹ ਗੱਲ ਹੋ ਰਹੀ ਹੈ ਕੜਾ ਪ੍ਰਸ਼ਾਦ ਦੀ ਹੋ ਰਹੀ ਹੈ। ਕੜਾ ਪ੍ਰਸ਼ਾਦ ਜਿਹੜਾ ਸੀ ਉਹ ਤਿਆਰ ਹੁੰਦਾ ਸੀ ਜਦੋਂ, ਅਤੇ ਉਹ ਦੱਸ ਰਹੇ ਨੇ ਕਿ ਵੱਡੇ ਲਸੂੜੇ ਦੇ ਪੱਤੇ ਲੈ ਕੇ ਅਤੇ ਉਹਦੇ 'ਤੇ ਹਲਵਾ ਪੂੜੀ ਰੱਖੀ ਜਾਂਦੀ ਸੀ, ਔਰ ਉਸ ਉਹਦੇ 'ਤੇ ਉਹ ਹਲਵਾ ਪੂੜੀ ਜਿਹੜੀ ਖਾਧੀ ਜਾਂਦੀ ਸੀ, ਔਰ ਉਸ ਵੇਲੇ ਜਿਹੜੀ ਹੈ ਕੋਈ ਤਮੀਜ਼ ਨਹੀਂ ਸੀ ਕਿ ਇਹ ਲੰਗਰ ਕਿਹਦਾ ਹੈ ਜਾਂ ਕਿਸ ਜਗ੍ਹਾ 'ਤੇ ਪੱਕ ਰਿਹਾ। ਮਤਲਬ ਕਿ ਅਗਰ ਮੁਸਲਮਾਨ ਬੱਚੇ ਸਨ ਤੇ ਉਹ ਗੁਰਦੁਆਰੇ ਜਾ ਕੇ ਖਾਂਦੇ ਸਨ, ਅਗਰ ਹਿੰਦੂਆਂ ਦੇ ਬੱਚੇ ਸਨ ਤਾਂ ਮੁਸਲਮਾਨਾਂ ਦੇ ਘਰ ਆ ਕੇ ਖਾਂਦੇ ਸਨ, ਕਿਸੇ ਨਾਲ ਕੋਈ ਲੋਹੀ ਬੜੀ ਮੰਗਦੇ ਰਹੇ ਇਕੱਠੇ ਸਾਰੇ ਤਾਸੂ ਪ੍ਰਸਤੀ ਇਕੱਠੇ ਲੋਹੀ ਮੰਗਦੇ ਰਹੇ, ਲੋਹੀ ਜਲਮ। ਅੱਛਾ, ਲੋਹੜੀ, ਵਾਹ ਜੀ ਵਾਹ, ਲੋਹੜੀ ਦੀ ਗੱਲ ਹੋ ਰਹੀ ਹੈ ਕਿ ਅਸੀਂ ਇਕੱਠੇ ਲੋਹੜੀ ਵੀ ਪੀਣ ਵਾਸਤੇ ਜਾਂਦੇ ਸੀ। ਕਿੰਨਾ ਹੁਣ ਅਸੀਂ ਕਹਿੰਦੇ ਹਾਂ ਕਿ ਸਾਰੀਆਂ ਰਸਮਾਂ ਪਰਾਈਆਂ ਨੇ, ਇਹ ਸਾਰੇ ਸ਼ੌਕ ਪਰਾਏ ਨੇ, ਲੇਕਿਨ ਤੁਸੀਂ ਦੇਖੋ ਬਜ਼ੁਰਗਾਂ ਦੇ ਮੂੰਹ ਦੇ ਵਿੱਚੋਂ ਖੋਰੇ ਸੱਚ ਨਿਕਲਦੇ ਪਏ ਨੇ ਕਿ ਅਸੀਂ ਲੋਹੜੀ ਵੀ ਮਨਾਉਂਦੇ ਸਾਂ, ਲੋਹੜੀ ਮੰਗਦੇ ਵੀ ਸਾਂ, ਤੇ ਕੋਈ ਕੁਛ ਇਸ ਚੀਜ਼ ਨੂੰ ਬੁਰਾ ਨਹੀਂ ਸੀ ਮਹਿਸੂਸ ਕਰਦਾ। ਅੱਜ ਅਸੀਂ ਕਹਿੰਦੇ ਹਾਂ ਕਿ ਪੰਜਾਬ ਦਾ ਕਲਚਰ ਨਹੀਂ ਹੈ, ਅੱਜ ਫਲਾਣੇ ਦਾ ਕਲਚਰ ਹੈ, ਫਲਾਣੇ ਦਾ ਹੈਰੀਟੇਜ ਹੈ, ਇਹ ਮੇਰੇ ਪੰਜਾਬ ਦਾ ਕਲਚਰ ਹੈ, ਮੇਰੀ ਮਾਂ ਬੋਲੀ ਦਾ ਕਲਚਰ ਹੈ, ਸਾਨੂੰ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਪਏਗਾ। ਔਰ ਇੱਕ ਏਕਤਾ ਪਿਆਰ ਪੰਜਾਬੀਆਂ ਦਾ ਕੁਝ ਵੀ ਨਹੀਂ ਵੰਡਿਆ, ਕੱਲ੍ਹ ਵੀ ਨਹੀਂ ਸੀ ਵੰਡਿਆ ਅਤੇ ਪੰਜਾਬੀਆਂ ਦਾ ਅੱਜ ਵੀ ਨਹੀਂ ਸੀ ਵੰਡਿਆ, ਅਤੇ ਜੱਗ ਕੌਣ ਹੁੰਦਾ ਸਾਨੂੰ ਪੰਜਾਬੀਆਂ ਨੂੰ ਰੋਕਣ ਦਾ ਜਾਂ ਸਾਨੂੰ ਆਪਸ 'ਚ ਟੋਕਣ ਦਾ ਜਾਂ ਸਾਨੂੰ ਨਖੇੜਨ ਵਾਲਾ? ਸਾਡੇ ਦਿਲ ਅੱਜ ਵੀ ਇਕੱਠੇ ਨੇ, ਸਾਡਾ ਪਿਆਰ ਸਾਡੀ ਪ੍ਰੀਤ ਅੱਜ ਵੀ ਇਕੱਠੀ ਹੈ। ਅਤੇ ਬਾਬਾ ਜੀ ਮੈਨੂੰ ਤੁਸੀਂ ਹੋਰ ਦੱਸੋ ਕਿ ਤੁਸੀਂ ਕੋਈ ਜਿਹੜਾ ਤੁਸੀਂ ਜਦੋਂ ਖੇਡਣ ਲਈ ਜਾਂਦੇ ਸੀ ਮਹਿੰਦਰ ਸਿੰਘ ਜਾਂ ਉਹਨਾਂ ਦੀ ਮਾਂ ਦੇ ਨਾਲ ਤੁਹਾਨੂੰ ਕੋਈ ਜੁੜੀ ਹੋਈ ਯਾਦ, ਕੋਈ ਸੋਹਣੀ ਜਿਹੀ ਯਾਦ ਸਾਨੂੰ ਕੋਈ ਤਾਜ਼ੀ ਕਰਾ ਦਿਓ? ਨਹੀਂ, ਸਾਨੂੰ ਨਹੀਂ ਬੱਚਿਆ ਮੇਰੇ ਆ, ਕੋਈ ਲੜਾਈ ਛੜਾਈ ਯਾਦ ਨਹੀਂ, ਕਟਾਈਆਂ ਕਟਾਈਆਂ ਨਹੀਂ ਹੋਇਆ ਕੋਈ ਕਟਾਈਆਂ ਰਸਾ? ਅੱਛਾ, ਉਹ ਤਾਂ ਲੜਾਈ ਉਹ ਕਹਿ ਰਹੇ ਨੇ ਕਿ ਪਿਆਰ ਮੁਹੱਬਤ ਬੜੀ ਸੀ, ਅਸੀਂ ਨਾਰਾਜ਼ ਨਹੀਂ ਸੀ, ਸਾਨੂੰ ਕੁੱਟ ਕਟਾਈ ਨਾ ਕੋਈ ਸੀ, ਅਸੀਂ ਸਾਰਾ ਕਿਆ ਹੋਏ ਤੇ ਸਾਨੂੰ 47 ਜੋ ਬਟੁਰ ਗਏ ਨੇ ਉਹਦੀ ਵੀ ਸਾਡੀ ਸਾਨੂੰ ਏਡੀ ਹੋਸ਼। ਅੱਛਾ, ਤੁਸੀਂ ਕੀ 47 ਵਿੱਚ ਤੁਸੀਂ ਆਪਣੀਆਂ ਅੱਖਾਂ ਨਾਲ ਕੀ ਦੇਖੇ? ਅਸਾਂ ਦੇਖਿਆ ਜੀ ਜੱਥੇ ਜੁੱਥੇ ਬਣਦੇ ਮੁਸਲਮਾਨ, ਇੱਕ ਦੂਸਰੇ ਨੂੰ ਜਾਣਾ, ਛਵੀਆਂ ਕੁਹਾੜੀਆਂ ਲੈ ਕੇ ਤੇ ਅੱਗੋਂ ਟਕਰਾ ਤੇ ਕੋਈ ਹੁੰਦਾ ਨਹੀਂ ਰਿਹਾ, ਬੰਦੇ ਤਾਂ ਕੋਈ ਨਹੀਂ ਮਰਦੇ ਰਹੇ, ਇਹ ਲਣਕਾਣੇ 'ਚ ਆਮ ਸਿੱਖ ਸਨ, ਇਹ ਸਿੱਖਾਂ ਦੀ ਗੇ ਸੀ ਸਾਰੀ। ਲੇਕਿਨ ਬਹੁਤ ਜ਼ਿਆਦਾ ਸਾਰੇ ਲੋਕ ਕਹਿੰਦੇ ਪਏ ਨੇ, ਉੱਧਰੋਂ ਲਿਖਦੇ ਵੀ ਨੇ, ਕਿਤਾਬਾਂ 'ਚ ਵੀ ਲਿਖਦੇ ਨੇ ਕਿ ਜਿਹੜੇ ਲੋਕ ਇੱਥੋਂ ਗਏ ਨੇ ਉਹਨਾਂ ਨਾਲ ਬੜਾ ਜ਼ੁਲਮ ਹੋਇਆ, ਤੁਸੀਂ ਉਸ ਬਾਰੇ 'ਚ ਕੁਛ ਕਹੋਗੇ? ਜਿਹੜੇ ਉੱਥੋਂ ਵੀ ਆ ਰਹੇ ਉਹਨਾਂ ਨਾਲ ਵੀ ਜ਼ੁਲਮ ਬਥੇਰਾ ਹੋਇਆ, ਜਿਹੜੇ ਇੱਥੋਂ ਗਏ ਤੇ ਉਹਨਾਂ ਨਾਲ ਵੀ ਹੋਇਆ, ਉਹਨਾਂ ਨਾਲ ਵੀ ਹੋਇਆ, ਘੱਟ ਤੇ ਕਿਸੇ ਵੀ ਨਾ ਕੀਤੀ ਗੱਲ ਕਰਦੇ। ਗੱਲ ਨਹੀਂ ਸਨ ਸਮਝਦੇ ਉਹ, ਨਹੀਂ ਸਨ ਸਮਝਦੇ ਤੇ ਜਿਹੜੇ ਖੇਡਦੇ ਹਨ ਉਹਨਾਂ ਦੇ ਨਾਲ, ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਹਨਾਂ ਦੇ ਨਾਲ। ਗੱਲ ਇਹੀ ਹੋ ਰਹੀ ਹੈ ਕਿ ਬਈ ਆਉਣ ਵਾਲਿਆਂ ਨਾਲ ਉਧਰੋਂ ਜ਼ੁਲਮ ਹੋਇਆ, ਜਾਣ ਵਾਲਿਆਂ ਨਾਲ ਇੱਥੋਂ ਜ਼ੁਲਮ ਹੋਇਆ, ਦੋਵਾਂ ਪਾਸੋਂ ਘੱਟ ਕਿਸੇ ਨੇ ਨਹੀਂ ਕੀਤੀ, ਲੇਕਿਨ ਸਾਰੇ ਦੇ ਸਾਰੇ ਜਿੰਨੇ ਵੀ ਨੇ ਖੋਰੇ ਸੱਚ ਨੇ। ਹੁਣ ਇਹ ਗੱਲਾਂ ਅਗਰ ਕੀਤੀਆਂ ਜਾਣ ਤਾਂ ਕੋਈ ਲੋਕ ਇਹਨਾਂ 'ਤੇ ਯਕੀਨ ਨਹੀਂ ਕਰਦੇ। ਮੈਨੂੰ ਸ਼ਾਇਦ ਕਾਫੀ ਲੋਕਾਂ ਨੇ ਮੈਨੂੰ ਕਿਹਾ ਕਿ ਤੁਸੀਂ ਬਾਬਾ ਜੀ ਜਦੋਂ ਗੱਲ ਕਰਦੇ ਹੋ ਜਾ ਕੇ, ਸਾਨੂੰ ਲੱਗਦਾ ਕਿ ਤੁਸੀਂ ਪਹਿਲੇ ਉਹਨਾਂ ਨਾਲ ਪਹਿਲੇ ਗੱਲਬਾਤ ਕੀਤੀ ਹੁੰਦੀ ਹੈ,
ਮੇਰੇ ਨਾਲ ਆ ਜਾਏ ਕੋਈ ਤਕਰੀਬਨ 10 ਲੋਕ ਨੇ ਮੇਰੇ ਗਰੁੱਪ ਦੇ ਕੁਛ ਨਨਕਾਣਾ ਦੇ ਰੰਗ ਤੋਂ ਨੇ ਕੋਈ ਪਿਆਰਾ ਨਨਕਾਣਾ ਤੋਂ ਨੇ ਸਿੱਖ ਮੁਸਲਿਮ ਫਰੈਂਡਸ਼ਿਪ ਵਾਲੇ ਫਰੈਂਡਸ ਵੀ ਨੇ ਸਾਰੇ ਵਿੱਚ ਦੇਖੋ ਇੰਨੇ ਲੋਕ ਨੇ ਇੰਨਾ ਤੁਸੀਂ ਸਾਰਿਆਂ ਕੋਲੋਂ ਪੁੱਛ ਸਕਦੇ ਹੋ ਅਲੈਦਗੀ 'ਚ ਪੁੱਛ ਸਕਦੇ ਹੋ ਇਹ ਮੈਂਬਰ ਸਾਰੇ ਬਹੁਤ ਜ਼ਿਆਦਾ ਸਾਰੇ ਲੋਕ ਇਹਨਾਂ ਨੂੰ ਜਾਣਦੇ ਨੇ ਕਿ ਵੀ ਮੈਂ ਲਾਹੌਰ ਦਾ ਖੋਜੀ ਵੀ ਮੇਰੇ ਨਾਲ ਆਏ ਹੋਏ ਨੇ ਇਸ ਰਿਸਰਚ ਦੇ ਵਿੱਚ ਤੁਸੀਂ ਅਗਰ ਚਾਹੋ ਤਾਂ ਉਹਨਾਂ ਕੋਲੋਂ ਵੀ ਪੁੱਛ ਸਕਦੇ ਹੋ ਕਿ ਵੀ ਇਹਨਾਂ ਨੂੰ ਮੈਂ ਕੋਈ ਕੁਛ ਪੜ੍ਹਾਇਆ ਨਹੀਂ ਹੈ ਮੈਂ ਸਿਰਫ ਇਹਨਾਂ ਕੋਲ ਸੁਣ ਰਿਹਾ ਜੋ ਇਹ ਕਹਿ ਰਹੇ ਨੇ ਜੋ ਵੀ ਸੱਚ ਹੈ ਉਹ ਇਹ ਆਪਣੇ ਮੂੰਹੋਂ ਦੱਸਣਗੇ ਬਾਕੀ ਜੀ ਬਹੁਤ ਸ਼ੁਕਰੀਆ ਤੁਹਾਡਾ ਮੈਂ ਹੁਣ ਤੁਹਾਡੇ ਨਾਲ ਜਾਣਾ ਚਾਹਾਂਗਾ ਇੱਕ ਤਾਂ ਮੈਂ ਜੰਮੂ ਵਾਲਾ ਮੁਰੱਬਾ ਦੇਖਣਾ ਤੇ ਦੂਜਾ ਮੈਂ ਤੁਹਾਡਾ ਹਾਤਾ ਦੇਖਣਾ ਤੇ ਸਰਦਾਰ ਮਹਿੰਦਰ ਸਿੰਘ ਦਾ ਹਾਤਾ ਦੇਖਣਾ ਨਾਲ ਉੱਥੇ ਮੈਂ ਜਿਹੜਾ ਜੀ ਤੇ ਮੈਂ ਇਜਾਜ਼ਤ ਚਾਹਾਂਗਾ ਮੈਂ ਦੂਸਰੀ ਵੀਡੀਓ 'ਚ ਫਿਰ ਤੁਹਾਡੇ ਨਾਲ ਮੈਂ ਹਾਜ਼ਰ ਹੁੰਦਾ ਵਾਂ ਮੈਂ ਜੰਮੂ ਵਾਲੇ ਮੁਰੱਬੇ 'ਤੇ ਜਾਵਾਂਗਾ ਔਰ ਉਸ ਤੋਂ ਬਾਅਦ ਮੈਂ ਪਿੰਡ ਦੇ ਹਾਤੇ 'ਚ ਵੀ ਜਾਵਾਂਗਾ ਤੇ ਫਿਰ ਲੈ ਕੇ ਆਵਾਂਗਾ ਸਾਹਮਣੇ ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ